SGPC ਵੱਲੋਂ ਪਿਛਲੇ ਦਿਨੀ ਹੋਈ ਇਕੱਤਰਤਾ ਵਿੱਚ ਵਿਦੇਸ਼ਾਂ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਛਪਾਈ ਬਾਰੇ ਲਏ ਗਏ ਫੈਸਲੇ ਤੇ ਕੈਨੇਡਾ ਵਿੱਚ ਹੁਣ ਸਵਾਲ ਉੱਠਣ ਲੱਗੇ ਨੇ। ਕੈਨੇਡਾ ਵਿੱਚ 20 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਛਪਾਈ ਦੀ ਇਜਾਜ਼ਤ ਦੇਣ ਦੀ ਆਪਣੀ ਯੋਜਨਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। 23 ਅਗਸਤ ਨੂੰ ਹੋਈ ਇੱਕ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਨੇ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੁਝ ਯੂਰੋਪੀਅਨ ਦੇਸ਼ਾਂ ਵਿੱਚ ਪਵਿੱਤਰ ਸਰੂਪ ਦੀ ਛਪਾਈ ਕਰਨ ਦਾ ਸੰਕਲਪ ਲਿਆ ਸੀ, ਜਿਸ ਵਿੱਚ ਸਿੱਖ ਪ੍ਰਵਾਸੀਆਂ ਦੀ ਚਿਰੋਕਣੀ ਮੰਗ ਦਾ ਹਵਾਲਾ ਦਿੱਤਾ ਗਿਆ ਸੀ। ਇੱਕ ਬੜਾ ਅਹਿਮ ਫੈਸਲਾ ਸਿੰਘ ਸਾਹਿਬਾਨਾਂ ਦੀ ਰਾਏ ਅਤੇ ਆਦੇਸ਼ਾਂ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਕਮੇਟੀ ਨੇ ਕੀਤਾ ਕਿ ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੀ ਸਾਨੂੰ ਮੰਗ ਆਉਂਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈਣ ਵਾਸਤੇ। ਜਦੋਂ ਵੀ ਅਸੀਂ ਬਾਹਰ ਭੇਜਣੇ ਹੋਣ ਸਰੂਪ, ਉਸ ਵੇਲੇ ਬੜੀਆਂ ਪਰੇਸ਼ਾਨੀਆਂ ਆਉਂਦੀਆਂ, ਬੜੀਆਂ ਅੜਚਣਾਂ ਆਉਂਦੀਆਂ, ਅਤੇ ਬੜੀ ਵਾਰੀ ਮਹਿਸੂਸ ਕੀਤਾ ਗਿਆ ਕਿ ਸਾਡੀ ਮਰਿਆਦਾ ਦੇ ਵਿੱਚ ਵੀ ਕਈ ਕੁਤਾਹੀਆਂ ਰਹਿ ਜਾਂਦੀਆਂ, ਕਈ ਨੁਕਸਾਨ ਹੋ ਜਾਂਦੇ, ਜਿਹੜਾ ਚਰਚਾ ਦਾ ਵਿਸ਼ਾ ਬਣਦਾ, ਜਿਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਅੱਜ ਸਿੰਘ ਸਾਹਿਬਾਨਾਂ ਦੇ ਜੱਤੀ ਰਾਏ ਅਤੇ ਆਦੇਸ਼ ਹੀ ਸਮਝ ਲਓ ਕਿ ਉਹਨਾਂ ਦੇ ਅਨੁਸਾਰ ਅੱਜ ਫੈਸਲਾ ਕੀਤਾ ਗਿਆ ਕਿ ਵੱਖ ਵੱਖ ਥਾਵਾਂ ਦੇ ਉੱਤੇ ਪ੍ਰਿੰਟਿੰਗ ਪ੍ਰੈਸ ਜਿਹੜੀਆਂ ਉਹ ਲਾਈਆਂ ਜਾਣ, ਅਮੈਰੀਕਾ, ਕੈਨੇਡਾ ਵਿੱਚ ਜਿਹੜੀਆਂ ਉਹ ਸ਼ਹਿਰ ਦੇਸ਼ ਨੇ, ਫਿਰ ਯੂਰਪ ਵਿੱਚ ਇੱਕ, ਤੀਸਰੀ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ। ਉਹਨਾਂ ਗੁਰਸਿੱਖਾਂ ਨੂੰ ਬੇਨਤੀ ਕੀਤੀ ਜਾਏਗੀ ਜਿੱਥੇ ਸਾਨੂੰ ਵਧੀਆ ਅਤੇ ਢੁਕਵੀਂ ਥਾਂ ਉਪਲਬਧ ਕਰਾ ਕੇ ਦੇਣ, ਉੱਥੇ ਪ੍ਰੈਸਾਂ ਲਾ ਕੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕਰਾ ਕੇ ਆਪ ਆਪਣੇ ਅਧਿਕਾਰੀਆਂ ਰਾਹੀਂ, ਆਪਣੇ ਮੁਲਾਜ਼ਮਾਂ ਰਾਹੀਂ, ਆਪਣੇ ਪ੍ਰਚਾਰਕਾਂ ਰਾਹੀਂ ਹਰ ਥਾਂ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਹੁੰਚਾ ਸਕੀਏ। ਇਹ ਅੱਜ ਬੜਾ ਵੱਡਾ ਫੈਸਲਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਵਿੱਚ ਲਿਆ। ਇਸ ਯੋਜਨਾ ਦਾ ਨੋਟਿਸ ਲੈਂਦੇ ਹੋਏ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਨੁਮਾਇੰਦੇ, ਜਿਨ੍ਹਾਂ ਵਿੱਚ 20 ਧਾਰਮਿਕ ਅਸਥਾਨ ਸ਼ਾਮਲ ਨੇ, ਉਹਨਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਲਿਖਿਆ ਕਿ ਪਵਿੱਤਰ ਸਰੂਪ ਲੋੜ ਅਨੁਸਾਰ ਉਪਲਬਧ ਨੇ। ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਕੁਝ ਲੋਕ SGPC ਨੂੰ ਗੁੰਮਰਾਹ ਕਰ ਰਹੇ ਨੇ ਕਿ ਉੱਥੇ ਸਰੂਪ ਛਾਪਣ ਦੀ ਸਖ਼ਤ ਜ਼ਰੂਰਤ ਹੈ। ਇਹ ਕੋਈ ਹਕੀਕਤ ਨਹੀਂ ਹੈ। ਜੇ ਕੈਨੇਡਾ ਵਿੱਚ ਕੋਈ ਸ਼ਰਧਾਲੂ ਘਰ ਵਿੱਚ ਸਰੂਪ ਰੱਖਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਅਸੀਂ ਇਸ ਲੋੜ ਨੂੰ ਪੂਰਾ ਕਰਨ ਦੇ ਯੋਗ ਹਾਂ। ਹੋਰ ਸਰੂਪ ਛਾਪਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਮੌਜੂਦਾ ਸਰੂਪਾਂ ਨੂੰ ਬਣਦਾ ਸਤਿਕਾਰ ਅਤੇ ਪਵਿੱਤਰਤਾ ਦਿੱਤੀ ਜਾ ਸਕੇ। 1998 ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਦੇ ਅਨੁਸਾਰ ਸਰੂਪਾਂ ਨੂੰ ਛਾਪਣ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਰਾਖਵੇਂ ਹਨ ਅਤੇ ਅਜਿਹਾ ਕਰਨ ਦੀ ਇੱਛਾ ਰੱਖਣ ਵਾਲੀ ਕਿਸੇ ਹੋਰ ਸੰਸਥਾ ਨੂੰ ਸਰਵਉੱਚ ਗੁਰਦੁਆਰਾ ਸੰਸਥਾ ਦੀ ਇਜਾਜ਼ਤ ਲੈਣੀ ਪਵੇਗੀ। ਕੈਨੇਡਾ ਸਥਿਤ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਉੱਥੇ ਸਰੂਪਾਂ ਦੀ ਛਪਾਈ ਦੀ ਮੰਗ ਕਰਦੇ ਰਹੇ ਨੇ। ਲਗਭਗ 1 ਸਾਲ ਪਹਿਲਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲਏ ਬਿਨਾਂ ਸਰੂਪ ਛਾਪੇ ਸਨ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਦਾ ਸਖ਼ਤ ਨੋਟਿਸ ਲਿਆ ਸੀ ਕਿਉਂਕਿ ਇਸ ਤੋਂ ਕੈਨੇਡਾ ਦੇ ਸਿੱਖ ਨਾਰਾਜ਼ ਸਨ। ਤਖ਼ਤ ਦੇ ਨਿਰਦੇਸ਼ਾਂ ਤੇ ਪ੍ਰੈਸ ਅਤੇ ਸਰੂਪ ਉਹਨਾਂ ਦੀ ਹਿਰਾਸਤ ਤੋਂ ਜ਼ਬਤ ਕਰ ਲਏ ਗਏ ਸਨ ਅਤੇ ਸਰੀ ਦੇ ਇੱਕ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤੇ ਗਏ। ਕੈਨੇਡੀਅਨ ਗੁਰਦੁਆਰਾ ਸੰਸਥਾਵਾਂ SGPC ਯੋਜਨਾ ਦੇ ਪਿੱਛੇ ਮਲਿਕ ਅਤੇ ਪੰਧੇਰ ਦਾ ਪ੍ਰਭਾਵ ਵੇਖਦੀਆਂ ਨੇ। ਮਲਿਕ, ਜੋ ਕੈਨੇਡਾ ਵਿੱਚ ਖਾਲਸਾ ਸਕੂਲ ਚਲਾਉਂਦਾ ਹੈ ਅਤੇ 1985 ਵਿੱਚ ਕੈਨੇਡੀਅਨ ਨਿਆਂਪਾਲਿਕਾ ਦੁਆਰਾ 1985 ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਵਿੱਚ ਬਰੀ ਹੋਇਆ ਸੀ, ਕੁਝ ਪ੍ਰਮੁੱਖ SGPC ਅਹੁਦੇਦਾਰਾਂ ਅਤੇ ਅਧਿਕਾਰੀਆਂ ਦੇ ਨਾਲ ਨਿਯਮਤ ਸੰਪਰਕ ਵਿੱਚ ਰਿਹਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।